ਮੈਂ ਜਸਲੀਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇੰਦਰਾਪੁਰੀ ਵਿਖੇ ਅੱਜ 8ਵੀਂ ਕਲਾਸ ਦੇ ਬੱਚਿਆਂ ਨੂੰ 1.2 ਦੇ ਸਵਾਲ ਕਰਵਾਉਣ ਜਾ ਰਹੀ ਹਾਂ ਬੱਚਿਓ ਚੈਪਟਰ ਦਾ ਨਾਮ ਹੈ ਰੈਸ਼ਨਲ ਨੰਬਰਸ ਪਰਿਮੇਯ ਸੰਖਿਆਵਾਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਰਿਮੇਯ ਸੰਖਿਆ ਹੁੰਦੇ ਕੀ ਹੈ ਕੋਈ ਵੀ ਸੰਖਿਆ ਜਿਸ ਨੂੰ ਅਸੀਂ p/q ਦੀ ਫਾਰਮ ਵਿੱਚ ਲਿਖ ਸਕਦੇ ਹੋਈਏ ਤੇ ਜਿਹੜਾ ਡਿਨੋਮੀਨੇਟਰ ਹੈ ਨਾਟ ਇਕੁਅਲ ਟੂ 0 ਹੋਵੇ ਉਹਨੂੰ ਅਸੀਂ ਕਹਿੰਦੇ ਆ ਪਰਿਮੇਯ ਸੰਖਿਆ ਹੁਣ ਸਾਡਾ ਸਵਾਲ ਹੈ 7/4 ਨੂੰ ਨੰਬਰ ਲਾਈਨ ਤੇ ਦਰਸਾਣਾ ਸੰਖਿਆ ਰੇਖਾ ਤੇ ਦਰਸਾਣਾ ਦੇਖੋ ਸਭ ਤੋਂ ਪਹਿਲਾਂ ਅਸੀਂ ਇੱਕ ਸੰਖਿਆ ਰੇਖਾ ਬਣਾਈ ਇੱਥੇ ਸਾਡੇ ਕੋਲ 0 ਹੈ ਡਿਨੋਮੀਨੇਟਰ 2 4 ਹੈ ਅਸੀਂ 4 ਟੁਕੜੇ ਕੀਤੇ 1 2 3 4 ਇਹ ਸਾਡਾ ਆਇਆ 1/4 2/4 3/4 4/4 ਯਾਨੀ ਕਿ 1 ਪਰੰਤੂ ਸਾਨੂੰ ਕੀ ਚਾਹੀਦਾ 7/4 ਇਹਦਾ ਮਤਲਬ 5/4 6/4 ਤੇ 7/4 ਇਸ ਤੋਂ ਅਗਲਾ ਸਾਡਾ 8/4 ਯਾਨੀ ਕਿ 2 ਹੋਏਗਾ। ਤੋਂ ਥਿਸ ਇਜ਼ 7/ 4 ਇਸੇ ਤਰ੍ਹਾਂ ਇਹਦੇ ਨਾਲ ਦੇ ਕੁਝ ਸਵਾਲ ਨੇ ਸੰਖਿਆ ਰੇਖਾ ਤੇ ਦਰਸਾਉਣ ਵਾਲੇ ਜੇ ਸਾਡੇ ਕੋਲ ਰਿਣਾਤਮਕ ਸੰਖਿਆ ਹੋਏ ਤਾਂ ਉਸ ਨੂੰ ਇਸ ਪਾਸੇ ਦਰਸਾਇਆ ਜਾਂਦਾ ਹੈ। जिमें अगला है माइनस पांच बटा छे माइनस बिच्च है इसलिए इनू खब्बे पासे ले आए माइनस पांच बाय छे एक दो तीन चार पांच छे माइनस वन बाय सिक्स माइनस टू बाय सिक्स माइनस थ्री बाय सिक्स माइनस फोर बाय सिक्स -5/6 -6/6 ਜਿੱਥੇ -6/6 ਆਏਗਾ ਦੈਟ ਇਜ਼ ਅਰ -1 ਕਿਉਂਕਿ 6 ਨਾਲ 6 ਕੱਟਿਆ ਜਾਏਗਾ ਤੋਂ ਥਿਸ ਇਜ਼ ਅਰ 1 ਇੱਥੇ ਸਾਡਾ ਇਹ 1 ਸੀ ਇੱਥੇ ਸਾਡਾ ਇਹ 1 ਬਣਿਆ ਇਹਨੂੰ ਤੁਸੀਂ ਅਲੱਗ ਸੰਖਿਆ ਰੇਖਾ ਤੇ ਦਰਸਾ ਸਕਦੇ ਹੋ ਤੋਂ ਕਿਸੇ ਵੀ ਪਰਿਮੇਯ ਸੰਖਿਆ ਨੂੰ ਸੰਖਿਆ ਰੇਖਾ ਤੇ ਦਰਸਾਣ ਲਈ ਇਸ ਤਰ੍ਹਾਂ ਸੀ ਪਾਰਟਸ ਵਿੱਚ ਵੰਡ ਕੇ ਉਸ ਨੂੰ ਦਰਸਾ ਸਕਦੇ ਹਾਂ ਇਸੇ ਤਰ੍ਹਾਂ ਜੇ ਸਾਡੇ ਕੋਲ ਹੁੰਦਾ 1/3 ਜਾਂ 1/4 ਤਾਂ ਆਪਾਂ ਸੰਖਿਆ ਰੇਖਾ 0 1/4 2/4 3/4 ਤੇ 4/ 4 4/4 ਯਾਨੀ ਕਿ 1 ਇਹ ਸਾਡਾ 1 ਹੈ ਤਾਂ ਥਿਸ ਇਜ਼ 1/4 ਥਿਸ ਇਜ਼ 2/4 ਥਿਸ ਇਜ਼ 3/4 ਐਂਡ ਥਿਸ ਇਜ਼ 4/4 ਇਸ ਤੋਂ ਬੈਠੇ ਇਹਦੇ ਇਸੇ ਐਕਸਰਸਾਈਜ਼ ਵਿੱਚ ਜਿਹੜੀ ਅਗਲੀ ਟਾਈਪ ਹੈ ਉਹਦੇ ਵਿੱਚ ਹੈ ਕਿ ਦੋ ਪਰਿਮੇਯ ਸੰਖਿਆਵਾਂ ਦੇ ਵਿਚਕਾਰ ਪਰਿਮੇਯ ਸੰਖਿਆਵਾਂ ਪਤਾ ਕਰਨੀਆਂ ਹੁਣ ਜਿਵੇਂ 3/10 ਹੈ ਅਤੇ 7/10 ਹੈ ਇਹਦੇ ਵਿੱਚ 4/10 5/10 6/10 ਸਾਡੇ ਕੋਲ ਤਿੰਨ ਪਰਿਮੇਯ ਸੰਖਿਆਵਾਂ ਨਜ਼ਰ ਆ ਰਹੀਆਂ 3/10 ਅਤੇ 7/10 ਇਹਨਾਂ ਦੋਨਾਂ ਦੇ ਵਿਚਕਾਰ ਜਿਹੜੀਆਂ ਪਰਿਮੇਯ ਸੰਖਿਆਵਾਂ ਨੇ ਉਹ 4/10 5/10 ਅਤੇ 6/10 ਹੋ ਗਿਆ ਮਤਲਬ ਕੋਈ ਵੀ ਦੋ ਸੰਖਿਆਵਾਂ ਦੇ ਵਿੱਚ ਜਦੋਂ ਪਰਿਮੇਯ ਸੰਖਿਆਵਾਸੀ ਪਤਾ ਕਰਨੀਆਂ ਹੈ ਤਾਂ ਸਾਡਾ ਜਿਹੜਾ ਹਰ ਹੈ ਉਹ ਸੇਮ ਹੋਣਾ ਜ਼ਰੂਰੀ ਹੈ ਤਾਂ ਹੀ ਅਸੀਂ ਉਪਰੋ ਡਾਇਰੈਕਟ ਉਹ ਸੰਖਿਆਵਾ ਪਤਾ ਕਰ ਸਕਦੇ ਆ ਜੇ ਹਰ ਸੇਮ ਨਹੀਂ ਹੈ ਤਾਂ ਸਾਨੂੰ ਬਰਾਬਰ ਹਰ ਕਰਨਾ ਪਏਗਾ ਤਾਂ ਹੀ ਅਸੀਂ ਉਹ ਸੰਖਿਆਵਾ ਪਤਾ ਕਰ ਸਕਦੇ ਆ ਜਿਸ ਤਰ੍ਹਾਂ ਅਗਰ ਸਾਡੇ ਕੋਲ 1/4 ਅਤੇ 1/2 ਹੈ ਇਹਦੇ ਵਿਚਕਾਰ ਅਥੀ ਪੰਜ ਪਰਿਮੇਯ ਸੰਖਿਆਵਾਂ ਪਤਾ ਕਰਨੀ ਹੈ ਇਹ ਸਾਡਾ 5ਵਾਂ ਸਵਾਲ ਦਾ ਤੀਸਰਾ ਪਾਰਟ ਹੈ ਹੁਣ ਇੱਥੇ ਡਿਨੋਮੀਨੇਟਰ ਸੇਮ ਨਹੀਂ ਹੈਗਾ ਤਾਂ ਪਹਿਲਾਂ ਅਸੀਂ ਡਿਨੋਮੀਨੇਟਰ ਸੇਮ ਕਰਾਂਗੇ ਡਿਨੋਮੀਨੇਟਰ ਸੇਮ ਕਰਨ ਲਈ ਸਾਡੇ ਕੋਲ ਅਸੀਂ ਇਹ ਵੀ ਕਰ ਸਕਦੇ ਹਾਂ ਕਿ ਇਹਨੂੰ 4 ਨਾਲ ਉੱਪਰ 4 ਨਾਲ نیچے ਮਲਟੀਪਲਾਈ ਕੀਤਾ ਇਹਦੇ ਹਾਰ ਨਾਲ ਇਹਨੂੰ ਉੱਪਰ نیچے ਇਹਦੇ ਹਾਰ ਨਾਲ ਇਹਨੂੰ ਉੱਪਰ نیچے ਇਹ ਬਣ ਗਿਆ 2/8 ਇਹ ਬਣ ਗਿਆ 4/8 ਇਹਦੇ ਵਿੱਚ ਅਸੀਂ 5/8 ਤੇ 3/8 ਇਹਦੇ ਵਿੱਚ ਜਿਹੜੀ ਸੰਖਿਆ ਹੈ ਉਹ ਸਾਡੇ ਕੋਲ ਆ ਗਈ 3/8 ਪਰੰਤੂ ਅਗਰ ਅਸੀਂ ਇਹਦੇ ਵਿੱਚ ਵੱਧ ਸੰਖਿਆਵਾਂ ਪਤਾ ਕਰਨੀਆਂ ਤਾਂ ਅਸੀਂ ਇਹ ਵੀ ਕਰ ਸਕਦੇ ਹਾਂ ਕਿ ਇਹਨੂੰ 10 ਨਾਲ ਗੁਣਾ ਇਹਨੂੰ ਵੀ 10 ਨਾਲ ਗੁਣਾ ਇਹਨੂੰ ਵੀ 10 ਨਾਲ ਗੁਣਾ ਇਹਨੂੰ ਵੀ 10 ਨਾਲ ਗੁਣਾ ਇਹ ਹੁਣ ਸਾਡੇ ਕੋਲ 20/8 30/8 ਹੋ ਗਿਆ ਤੋ ਇਹਦੇ ਅੰਦਰ ਅਸੀਂ ਬਹੁਤ ਸਾਰੀਆਂ ਸੰਖਿਆਵਾਂ 21/8 22/8 ਤੇ aí ਵਟਾਸੇ ਸੋ ਆਨ ਅਸੀਂ ਬਹੁਤ ਸਾਰੀਆਂ ਸੰਖਿਆਵਾਂ ਪਤਾ ਕਰ ਸਕਦੇ ਹਾਂ ਤਾਂ ਉਮੀਦ ਹੈ ਕਿ ਤੁਹਾਨੂੰ ਇਹ ਦੋਨੋਂ ਟਾਈਪਸ ਸਮਝ ਆ ਗਈਆਂ ਹੋਣਗੀਆਂ ਕਿ ਦੋ ਪਰਿਮੇਯ ਸੰਖਿਆਵਾਂ ਦੇ ਵਿੱਚ ਸੰਖਿਆਵਾਂ ਕਿਵੇਂ ਪਤਾ ਕਰਨੀ ਹੈ ਜੇਕਰ ਹਰ ਬਰਾਬਰ ਹੈ ਤਾਂ ਅਸੀਂ ਡਾਇਰੈਕਟ ਕੱਢ ਸਕਦੇ ਆ ਜੇ ਹਰ ਬਰਾਬਰ ਨਹੀਂ ਹੈ ਤਾਂ ਪਹਿਲਾਂ ਸਾਨੂੰ ਹਰ ਬਰਾਬਰ ਕਰਨਾ ਪਵੇਗਾ ਇੱਕ ਸੰਖਿਆ ਦੇ ਹਰ ਨਾਲ ਦੂਜੀ ਸੰਖਿਆ ਨੂੰ ਦੂਜੀ ਸੰਖਿਆ ਦੇ ਹਰ ਨਾਲ ਪਹਿਲੀ ਸੰਖਿਆ ਨੂੰ ਗੁਣਾ ਕਰਕੇ ਉੱਪਰਲਾ ਉੱਪਰ ਥਲਵਾ ਥੱਲੇ ਗੁਣਾ ਕਰਕੇ ਸਾਡੇ ਕੋਲ ਹਰ ਬਰਾਬਰ ਹੋ ਜਾਂਦੇ ਨੇ ਪਰੰਤੂ ਫਿਰ ਵੀ ਅਗਰ ਸੰਖਿਆਵਾਂ ਨਾ ਪੂਰੀਆਂ ਆ ਰਹੀਆਂ ਹੋਣ ਸਾਨੂੰ ਵੱਧ ਸੰਖਿਆਵਾਂ ਚਾਹੀਦੀਆਂ ਹੋਣ ਤਾਂ ਅਸੀਂ ਉਹਨੂੰ 10 ਨਾਲ ਜਾਂ 20 ਨਾਲ ਜਾਂ 100 ਨਾਲ ਕਿਸੇ ਵੀ ਸੰਖਿਆ ਨਾਲ ਉੱਪਰ ਥੱਲੇ ਗੁਣਾ ਕਰਕੇ ਉਹਦੇ ਵਿੱਚ ਅਸੀਂ ਵੱਧ ਪਰਿਮੇਯ ਸੰਖਿਆਵਾਂ ਪਤਾ ਕਰ ਸਕਦੇ ਹਾਂ ਇੱਕ ਬੇਟੇ ਇੱਥੇ 6ਵਾਂ ਸਵਾਲ ਹੈ -2 ਤੋਂ ਵੱਡੀਆਂ ਪੰਜ ਪਰਿਮੇਯ ਸੰਖਿਆਵਾਂ ਪਤਾ ਕਰੋ ਹੁਣ ਦੇਖੋ ਜੇ ਤੁਸੀਂ ਸੰਖਿਆ ਰੇਖਾ ਦੇਖ ਰਹੇ ਹੋ ਤੇ ਇਹ ਤੁਹਾਡਾ 0 ਹੈ ਇਹ -1 ਹੈ ਇਹ -2 ਹੈ ਤਾਂ ਤੁਹਾਨੂੰ ਆਲਰੇਡੀ ਇਹ ਗੱਲ ਪਤਾ ਹੈ ਕਿ ਜਿਹੜੀ ਸੰਖਿਆ ਰੇਖਾ ਹੁੰਦੀ ਹੈ ਉਹਦੇ ਵਿੱਚ ਜਿੱਦਾਂ ਜਿੱਦਾਂ ਅਸੀਂ ਸੱਜੇ ਪਾਸੇ ਜਾਂਦੇ ਹਾਂ ਸੰਖਿਆਵਾਂ ਵੱਡੀਆਂ ਹੁੰਦੀਆਂ ਜਿੱਦਾਂ ਜਿੱਦਾਂ ਅਸੀਂ ਖੱਬੇ ਪਾਸੇ ਜਾਂਦੇ ਹਾਂ ਸੰਖਿਆਵਾਂ ਛੋਟੀਆਂ ਹੁੰਦੀਆਂ ਸਾਨੂੰ -2 ਤੋਂ ਵੱਡੀਆਂ ਪੰਜ ਚਾਹੀਦੀਆਂ ਤਾਂ ਅਸੀਂ ਇਸ ਸਾਈਡ ਵਾਲੀਆਂ ਕੋਈ ਵੀ ਪੰਜ ਪਰਿਮੇਯ ਸੰਖਿਆਵਾਂ ਲੈ ਸਕਦੇ ਹਾਂ ਜਿਵੇਂ ਇਹ ਹੋ ਗਈ 1 2 3 ਕੋਈ ਵੀ ਇਹ ਅਸੀਂ ਪੰਜੋ ਲੈ ਸਕਦੇ ਆ -1 0 1 2 3 ਕਿਉਂਕਿ ਇਹਨਾਂ ਸਾਰਿਆਂ ਦੇ نیچے ਅਸੀਂ 1 ਲਗਾ ਸਕਦੇ ਆ ਤੇ ਇਹ p/q ਫਾਰਮ ਵਿੱਚ ਆ ਗਈਆਂ ਤੇ ਇਹ ਪਰਿਮੇਯ ਸੰਖਿਆਵਾਂ ਹੋ ਗਈਆਂ ਹਾਂਜੀ ਬੇਟੇ ਅੱਜ ਤੁਸੀਂ 1.2 ਕੰਪਲੀਟ ਕਰੋਗੇ ਔਰ ਫਿਰ ਜਿਹੜੀ ਵੀ ਪ੍ਰੋਬਲਮ ਆਈ ਉਹ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਅਸੀਂ ਨੈਕਸਟ ਚੈਪਟਰ ਵਿੱਚ ਉਹ ਵਾਲੀ ਕਰਾਂਗੇ ਥੈਂਕ ਯੂ